ਬਠਿੰਡਾ ਸੀਟ ਨੂੰ ਲੈ ਕੇ ਪੂਰੀ ਵਾਹ ਕਹਿੰਦੇ ਸਾਰੀਆਂ ਪਾਰਟੀਆਂ ਦੀ ਲੱਗੀ ਹੋਈ ਹੈ ਕਿਉਂਕਿ ਇਹ ਸੀਟ ਹੌਟ ਸੀਟ ਹੈ। ਕਾਂਗਰਸ ਦੇ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਹੋਣੀ ਲਗਾਤਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਔਰ ਵੱਖੋ ਵੱਖ ਤਰੀਕੇ ਦੇ ਨਾਲ ਪ੍ਰਚਾਰ ਜਾਰੀ ਹੈ, ਰੋਡ ਸ਼ੋਅ ਕਰ ਰਹੇ ਨੇ ਲਗਾਤਾਰ ਵੱਖੋ ਵੱਖ ਇਲਾਕਿਆਂ ਦੇ ਵਿੱਚ। ਬਲਕੌਰ ਸਿੰਘ ਸਿੱਧੂ ਨੂੰ ਨਾਲ ਲੈ ਕੇ ਵੀ ਰੋਡ ਸ਼ੋਅ ਜਿਹੜੇ ਹੈਗੇ ਕਈ ਇਲਾਕਿਆਂ ਦੇ ਵਿੱਚ ਕਰ ਦਿੱਤੇ ਗਏ ਨੇ। ਸਾਡੇ ਨਾਲ ਨੇ ਜੀਤਮਿੰਦਰ ਸਿੰਘ ਸਿੱਧੂ ਸਾਹਿਬ। ਸਿੱਧੂ ਸਾਹਿਬ, ਕਿੰਨੀ ਕੁ ਚੁਣੌਤੀ ਦੇਖਦੇ ਹੋ? ਆਪਣੀ ਪਹਿਲਾਂ ਵੀ ਗੱਲ ਹੋਈ ਸੀ ਕਿਉਂਕਿ ਸੀਟ ਕਹਿੰਦੇ ਹੌਟ ਸੀਟ ਹੈ, ਉੱਤੋਂ ਵੀ ਗਰਮੀ ਹੈ ਤੇ ਸੀਟ ਵੀ ਗਰਮ ਹੈ। ਬਿਲਕੁਲ ਠੀਕ ਹੈ ਜੀ, ਇਹ ਹੁਣ ਇੰਨੀ ਗਰਮ ਨਹੀਂ ਰਹੀ ਜਿੰਨੀ ਲੋਕਾਂ ਨੂੰ ਸ਼ੁਰੂਆਤ 'ਚ ਲੱਗਦੀ ਸੀ। ਹੁਣ ਅਸੀਂ ਇਹਨੂੰ ਠੰਡਾ ਕਰਤਾ, ਅਸੀਂ ਆਪਦੇ ਜਿਹੜੇ ਵਿਰੋਧੀ ਹੈ ਨਾ ਉਹਨਾਂ ਨੂੰ, ਮੇਰੇ ਵਰਕਰਾਂ ਨੇ ਪਿਛਲੇ ਇੱਕ ਮਹੀਨੇ ਤੋਂ ਇੰਨਾ ਜ਼ਬਰਦਸਤ ਕੰਮ ਕੀਤਾ, ਲੋਕਾਂ ਨੂੰ ਨਾਲ ਜੋੜਿਆ ਕਿ ਹੁਣ ਜਿਹੜੇ ਸਾਡੇ ਵਿਰੋਧੀ ਆ ਉਹ ਠੰਡੇ ਹੋ ਗਏ ਨੇ, ਹੁਣ ਅਸੀਂ ਉਵੇਂ ਤੱਤੇ ਦੇ ਤੱਤੇ ਚੱਲਦੇ ਆ ਰਹੇ ਹਾਂ। ਸੋ ਅੱਜ ਅਸੀਂ, ਮੈਨੂੰ ਖੁਸ਼ੀ ਇਹ ਦੱਸਦਿਆਂ, ਜਿਵੇਂ ਅਸੀਂ 2 ਦਿਨ ਪਹਿਲਾਂ ਅਸੀਂ ਇੱਕ ਬਹੁਤ ਵੱਡਾ ਰੋਡ ਸ਼ੋਅ ਕੀਤਾ ਸੀ ਹਲਕਾ ਬੁਢਲਾਡੇ ਵਿੱਚ, ਜਿਹੜਾ ਬਹੁਤ ਹੀ ਕਾਮਯਾਬ ਹੋਇਆ, ਅਤੇ ਉਸ ਦੇ ਹੀ ਤਰੀਕੇ ਨਾਲ ਅੱਜ ਅਸੀਂ ਹਲਕਾ ਪੁੱਛੋ ਦੇ ਵਿੱਚ ਰੋਡ ਸ਼ੋਅ ਕਰਨ ਜਾ ਰਹੇ ਹਾਂ, ਸ਼ੁਰੂਆਤ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਕੀਤੀ ਹੈ ਚੜ੍ਹਦੀ ਕਲਾ ਦੀ, ਅਤੇ ਹੁਣ ਅਸੀਂ ਬਸ 5 ਮਿੰਟਾਂ 'ਚ ਅਸੀਂ ਇਹ ਰੋਡ ਸ਼ੋਅ ਕਰਕੇ ਇੱਥੋਂ ਸ਼ੁਰੂ ਕਰਕੇ ਪੁੱਛੋ ਮੰਡੀ ਤੱਕ ਅਸੀਂ ਇਹਨੂੰ ਖਤਮ ਕਰਾਂਗੇ। ਪਰ ਉਧਰੋਂ ਅਕਾਲੀ ਦਲ ਕਹਿੰਦਾ ਹੈ ਕਿ ਬਠਿੰਡਾ ਸੀਟ 'ਤੇ ਤਾਂ ਭਲਾ ਜਿੰਨਾ ਮਰਜ਼ੀ ਜ਼ੋਰ ਲੱਗ ਜੇ, ਬਠਿੰਡਾ ਸੀਟ ਨਹੀਂ ਸੱਜੇ ਖੱਬੇ ਹੋਣ ਦੇਣੀ, ਹਾਲਾਂਕਿ ਉਧਰੋਂ ਸੱਤਾ ਧਿਰ ਗੁਰਮੀਤ ਸਿੰਘ ਖੁੱਡੀਆਂ ਹੋਰੇ ਵੀ ਕੋਈ ਕਸਰ ਨਹੀਂ ਛੱਡ ਰਹੇ। ਕਿਵੇਂ ਦੇਖਦੇ ਹੋ ਇੱਦਾਂ ਸਾਰੀਆਂ ਚੁਣੌਤੀਆਂ ਦੇ ਵਿੱਚ ਦੀ ਕਿਵੇਂ ਰਾਹ ਬਣਾਉਣਾ? ਰਾਹ ਤਾਂ ਬਣ ਗਿਆ ਜੀ, ਜਦੋਂ ਲੋਕੀ ਤੁਹਾਡੇ ਨਾਲ ਨੇ, ਵੋਟਾਂ ਲੋਕਾਂ ਨੇ ਪਾਉਣੀਆਂ, ਨਾ ਕਿ ਬਾਦਲਕਿਆਂ ਦੇ ਖੁੱਡੀਆਂ ਨੇ। ਜੇ ਜੋ ਲੋਕਾਂ ਨੇ ਵੋਟਾਂ ਪਾਉਣੀਆਂ, ਲੋਕੀ ਮੇਰੇ ਨਾਲ ਨੇ, ਵਰਕਰ ਮੇਰਾ ਕਾਇਮ ਹੈ, ਇਲੈਕਸ਼ਨ ਵਰਕਰ ਲੜਾਉਂਦਾ ਹੁੰਦਾ। ਇੱਕ ਤੁਹਾਡੇ ਸਾਹਮਣੇ ਚੁਣੌਤੀ, ਇੱਕ ਤੁਹਾਡੇ ਹੀ ਪੁਰਾਣੇ ਮਿੱਤਰ ਨੇ ਇੱਕ ਹੋਰ ਇੱਕ ਵੱਡਾ ਬਿਆਨ ਦਿੱਤਾ, ਰਵਨੀਤ ਬਿੱਟੂ ਹੋਰਾਂ ਨੇ। ਰਵਨੀਤ ਬਿੱਟੂ ਕਹਿੰਦੇ ਨੇ 1 ਜੂਨ ਨੂੰ ਵੋਟਾਂ, 1 ਜੂਨ ਨੂੰ ਕਹਿੰਦੇ ਕਾਂਗਰਸ ਨੇ ਟੈਂਕਵਾੜੇ ਦਰਬਾਰ ਸਾਹਿਬ 'ਚ ਹਮਲਾ ਕੀਤਾ, ਤੇ ਕਹਿੰਦੇ 1 ਜੂਨ ਨੂੰ ਪੰਜਾਬ ਦੇ ਲੋਕ ਕਿਵੇਂ ਵੋਟ ਕਰਨਗੇ ਕਾਂਗਰਸ ਨੂੰ, ਰਵਨੀਤ ਬਿੱਟੂ ਕਹਿੰਦੇ ਨੇ। ਕਿੰਨੀ ਜਲਦੀ ਬੰਦਾ ਆਪਦੀ ਸਟੇਟਮੈਂਟ ਬਦਲ ਜਾਂਦਾ, ਇਹ ਭੁੱਲ ਗਿਆ ਕਿ ਇਹ ਉਦੋਂ ਕਾਂਗਰਸ 'ਚ ਸੀ, ਇਹਦੇ ਦਾਦਾ ਜੀ ਕਾਂਗਰਸ 'ਚ ਸੀ, ਅਤੇ ਉਦੋਂ ਕਾਂਗਰਸ ਚੰਗੀ ਸੀ, ਅੱਜ ਜਦੋਂ BJP ਚਲੇ ਗਿਆ ਇਹਨੂੰ ਸਾਰਾ ਕੁਛ ਯਾਦ ਆ ਗਿਆ। ਸੋ ਇਸ ਕਰਕੇ ਲੋਕਾਂ ਨੂੰ ਸਭ ਕੁਛ ਪਤਾ ਕੌਣ ਕਿਹੋ ਜਿਹੀ ਸਿਆਸਤ ਕਰ ਰਿਹਾ। ਮੈਂ ਸਮਝਦਾ ਹੁਣ ਜੋ ਸਮਾਂ ਹੈ ਨਾ, ਹੁਣ ਉਹ ਸਮਾਂ ਕਿ ਲੋਕੀ ਕੰਮ ਭਾਲਦੇ ਨੇ, ਲੋਕੀ ਇਹ ਚਾਹੁੰਦੇ ਨੇ ਕਿ ਕਿਹੜੀ ਪਾਰਟੀ ਸਾਡੇ ਵਾਸਤੇ ਕੀ ਕਰ ਸਕਦੀ ਹੈ। ਪਰ ਜੂਨ ਦਾ ਵੀ ਕਿਤੇ ਨਾ ਕਿਤੇ ਜੀ ਵੱਡਾ ਮਸਲਾ, ਕਿਵੇਂ ਲੋਕਾਂ ਦੀਆਂ ਭਾਵਨਾਵਾਂ ਨੂੰ ਕਿੱਦਾਂ ਬੈਲੈਂਸ ਕਰੋਗੇ? ਹਰ ਤੋਂ ਲੱਗਦਾ ਕਿ ਚੁਣੌਤੀ ਹੈ ਹਰ ਸਿੱਖ ਦਾ ਮਨ 'ਚ ਹਮੇਸ਼ਾ ਹੀ ਇਹ ਚੀਜ਼ ਰਹੇਗੀ, ਇਹ ਜਾਂਦੀ ਨਹੀਂ। ਪਰ ਮੈਂ ਸਮਝਦਾ ਇਹਨੂੰ ਸਿਆਸਤ 'ਚ ਰੰਗ ਦੇਣਾ, ਅੱਜ ਉਹ ਵੀ ਬਿੱਟੂ ਵਰਗੇ ਲੀਡਰ ਨੂੰ ਉਹਨੂੰ ਸ਼ੋਭਾ ਨਹੀਂ ਦਿੰਦਾ। ਤੁਸੀਂ ਲੱਗਦਾ ਕਿ ਲੋਕਾਂ ਨੂੰ ਆਪਣੇ ਨਾਲ ਤੋਰ ਸਕੋਗੇ ਇਹਨਾਂ ਇਹਨਾਂ ਭਾਵਨਾਵਾਂ ਤੇ ਜਜ਼ਬਾਤਾਂ ਦੇ ਦੌਰਾਨ? ਬਿਲਕੁਲ ਤੋਰ ਸਕਾਂਗੇ, ਲੋਕੀ ਤੁਰ ਰਹੇ ਨੇ ਜੀ, ਤੋਰ ਨਹੀਂ ਸਕਾਂਗੇ, ਲੋਕੀ ਤੁਰ ਰਹੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਇੱਕ ਪਾਸੇ BJP ਤੇ ਦੂਜੇ ਪਾਸੇ ਅਕਾਲੀ ਦਲ ਵੀ ਇਸ ਚੀਜ਼ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਦੇਖਿਆ ਪਹਿਲੀ ਵਾਰ SGPC ਨੇ ਇਸ ਓਪਰੇਸ਼ਨ ਬਲੂ ਸਟਾਰ ਦੇ ਜੋ ਵੱਡੇ ਵੱਡੇ ਬੈਨਰ ਸਮੁੱਚੇ ਹਲਕੇ ਬਠਿੰਡੇ 'ਚ ਲਾਏ ਨੇ, ਇਸ ਤੋਂ ਕੀ ਜਾਪਦਾ ਕਿ ਬਾਈ ਪ੍ਰੋਕਸੀ SGPC ਇਹਨਾਂ ਦੀ ਮਦਦ ਕਰਨਾ ਚਾਹੁੰਦੀ ਹੈ ਅਕਾਲੀ ਦਲ ਦੀ? ਕਿਉਂਕਿ ਹੁਣ ਮੁੱਦਾ ਇਹਨਾਂ ਕੋਲ ਕੁਛ ਨਹੀਂ ਰਿਹਾ, ਬੀਬਾ ਹਰਸਿਮਰਤ ਕੌਰ ਬਹੁਤ ਪਿਛੜ ਗਈ ਹੈ, ਹੁਣ ਹਰ ਹੀਲਾ ਇਹ ਲੱਭ ਰਹੇ ਨੇ ਜਿਹਦੇ ਨਾਲ ਕੁਛ ਇਹਨਾਂ ਦੀ ਪਕੜ ਹਲਕਾ ਬਠਿੰਡੇ 'ਚ ਬਣ ਸਕੇ, ਜਿਹੜੀ ਕਿ ਨਹੀਂ ਬਣਨੀ। ਅੱਛਾ, ਇਸ ਜੂਨ ਦੀ ਚੁਣੌਤੀ ਦੇ ਬਾਵਜੂਦ ਕੀ ਲੱਗਦਾ ਕੀ ਸਥਿਤੀ ਰਹੇਗੀ? ਵੱਡੀ ਮਾਰਜਨ ਨਾਲ ਅਸੀਂ
ਇਹ ਸੀਟ ਕਾਂਗਰਸ ਨੂੰ ਜਿੱਤ ਕੇ ਦੇਵਾਂਗੇ। ਤਾਂ ਜੀਤਮਿੰਦਰ ਸਿੰਘ ਸਿੱਧੂ ਹੁਣੀ ਦਾਅਵਾ ਕਰਦੇ ਨੇ ਕਿ ਹਾਲਾਤ ਜੋ ਵੀ ਹੋਣ, ਚੁਣੌਤੀਆਂ ਜਿੰਨੀਆਂ ਮਰਜ਼ੀ ਹੋਣ, ਕਹਿੰਦੇ ਨੇ ਕਿ ਜਿੱਤ ਦਰਜ ਕਰਾਵਾਂਗੇ। ਪਰ ਕਿਤੇ ਨਾ ਕਿਤੇ ਜੂਨ ਵਾਲਾ ਮਸਲਾ, ਜੂਨ 84 ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕਹਿੰਦੇ ਨੇ ਕਿ ਰਵਨੀਤ ਬਿੱਟੂ ਦਾ ਇਹ ਬਿਆਨ ਕਹਿੰਦੇ ਇੰਨੀ ਜਲਦੀ ਕਿਵੇਂ ਬਦਲ ਸਕਦਾ, ਕਿਉਂਕਿ ਰਵਨੀਤ ਬਿੱਟੂ ਵੀ ਕਹਿੰਦੇ ਨੇ ਕਿ ਉਸ ਵੇਲੇ ਕਾਂਗਰਸ ਸੀ। ਖੈਰ, ਪੰਜਾਬ ਦੇ ਕੀ ਹਾਲਾਤ ਰਹਿਣਗੇ, ਬਠਿੰਡਾ ਦੇ ਕੀ ਹਾਲਾਤ ਰਹਿਣਗੇ, ਸਮਾਂ ਦੱਸੇਗਾ। ਪਰ ਵਾਰ ਪਲਟਵਾਰ ਜਾਰੀ ਹੈ। ਕੈਮਰਾਮੈਨ ਵਿਨੋਦ ਨਾਲ ਨਰਿੰਦਰ ਸਿੰਘ ਬਰਾੜ, ਨਿਊਜ਼ 18 ਬਠਿੰਡਾ।